ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਇਲਾਕੇ ਦੇ ਅੰਦਰ ਲੁੱਟਖੋ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਪੱਦੀ ਜਗੀਰ ਦਾ ਹੈ, ਜਿੱਥੇ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਦੀ ਲੁੱਟਖੋ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਕਰਿੰਦੇ ਬਾਬੂ ਰਾਮ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਇੱਕ ਵਿਅਕਤੀ ਆਇਆ ਜਿਸਨੇ ਸ਼ਰਾਬ ਦੀ ਬੋਤਲ ਦੀ ਮੰਗ ਕੀਤੀ। ਜਦ ਉਹ ਬੋਤਲ ਦੇਣ ਲੱਗਾ ਤਾਂ ਉਕਤ ਵਿਅਕਤੀ ਟਾਕੀ ਖੋਲ੍ਹ ਕੇ ਅੰਦਰ ਵੜ ਗਿਆ ਅਤੇ ਉਸ ਨਾਲ ਹੱਥੋਂ ਪਾਈ ਕਰਨ ਲੱਗਾ। ਇਸੇ ਦੌਰਾਨ ਉਕਤ ਵਿਅਕਤੀ ਗੱਲੇ ਵਿੱਚੋਂ 2,000 ਰੁਪਏ ਅਤੇ ਉਸਦੀ ਪੈਂਟ ਦੀ ਜੇਬ ਵਿੱਚੋਂ 3,000 ਰੁਪਏ ਲੈ ਕੇ ਫਰਾਰ ਹੋ ਗਿਆ। ਉਸਨੇ ਦੱਸਿਆ ਕਿ ਇੱਕ ਮੋਟਰਸਾਈਕਲ 'ਤੇ 2 ਵਿਅਕਤੀ ਆਏ ਸਨ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੈਂ ਯਾਰ ਬੈਠਾ ਸਾਂ ਔਰ ਮੇਰੇ ਕਹਿਣ ਲੱਗਾ ਗਿੰਨੀ ਕੀ ਬੋਤਲ ਦੇਣਾ ਇੱਕ। ਮੈਂ ਗਿੰਨੀ ਕੀ ਬੋਤਲ ਦੇਣੇ ਗਿਆ ਔਰ ਕਿਤੇ ਮਾਂਦਰ ਘੁੱਸ ਗਿਆ ਔਰ ਮੈਨੂੰ ਗਲੇ 'ਤੇ ਪਕੜਾ ਔਰ ਜ਼ੋਰ 'ਤੇ ਪਿੱਛੇ ਲੱਗਿਆ ਪਰ ਕਿੰਨਾ ਥੋੜ੍ਹਾ ਜ਼ੋਰ ਮੈਂ ਲਗਾਇਆ ਤਾ ਉਸਨੇ ਗਲੇ 'ਤੇ ਪਕੜਾ ਔਰ ਗੱਲਾਂ ਵਿੱਚ ਖੋਲ੍ਹ ਲਿਆ। ਦੋ ਹਜ਼ਾਰ ਗੱਲੇ ਦਾ ਤਾ ਔਰ 3,000 ਮੇਰੀ ਜੇਬ 'ਤੇ ਨਿਕਾਲ ਕੇ ਲੈ ਗਿਆ। ਕਿੰਨੇ ਜਣੇ ਸੀਗੇ? ਹੈਂ ਕਿੰਨੇ ਜਣੇ ਸੀਗੇ ਉਹ? 5,000 ਟੋਟਲ। ਨਹੀਂ ਕਿ ਬੰਦੇ ਕਿੰਨੇ ਸੀਗੇ? ਇੱਕ ਬੰਦਾ ਆਇਆ ਗੁੱਸੇ ਤੋਂ ਅੰਦਰ ਇੱਕ ਦਾ। ਬਾਹਰ ਨਹੀਂ ਪਤਾ ਕਿੰਨੇ ਸੀ? ਇੱਕ ਬੰਦਾ ਬਾਹਰ ਸਾ ਬਾਈਕ ਮੈਂ ਲਿਆ ਖੜਾ।